ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਲਗਾਤਾਰ ਪੰਜਾਬ ਸਰਕਾਰ ਨੇ 6th ਪੇ ਕਮਿਸ਼ਨ ਨੂੰ ਲੈ ਕੇ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਨੇ ਪਰ ਪਿਛਲੇ ਹਫਤੇ ਲਗਾਤਾਰ ਜਿਹੜੀਆਂ ਨੋਟੀਫਿਕੇਸ਼ਨਾਂ ਆ ਰਹੀਆਂ ਉਸ ਦੇ ਵਿੱਚ ਬਹੁਤ ਸਾਰੇ ਪੱਤੇ ਬੰਦ ਕੀਤੇ ਜਾ ਰਹੇ ਨੇ ਉਹਨਾਂ ਨੋਟੀਫਿਕੇਸ਼ਨਾਂ ਦੇ ਵਿੱਚ ਖਾਸ ਗੱਲ ਇਹ ਹੈ ਕਿ ਪ੍ਰੋਬੇਸ਼ਨ ਸਮੇਂ ਦੇ ਵਿੱਚ ਜਿਹੜੇ ਕਰਮਚਾਰੀ ਕੰਮ ਕਰ ਰਹੇ ਨੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਜਿਹੜਾ ਹੈ ਪੰਜਾਬ ਸਰਕਾਰ ਨੇ ਦਿੱਤਾ ਸੋ ਇਸ ਵੀਡੀਓ ਦੇ ਵਿੱਚ ਖਾਸ ਤੌਰ ਤੇ ਪ੍ਰੋਬੇਸ਼ਨ ਸਮੇਂ ਦੀ ਗੱਲ ਕਰਾਂਗੇ ਪ੍ਰੋਬੇਸ਼ਨ ਸਮੇਂ ਦੇ ਵਿੱਚ ਕਰਮਚਾਰੀਆਂ ਦੀ ਗੱਲ ਕਰਾਂਗੇ ਕਿ ਉਹਨਾਂ ਨਾਲ ਕਿਹੜਾ ਕਿਹੜਾ ਤੱਕਾ ਜਿਹੜਾ ਲਗਾਤਾਰ ਪੰਜਾਬ ਸਰਕਾਰ ਕਰਦੀ ਆ ਰਹੀ ਹੈ 2015 ਤੋਂ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਲਿਓ ਦੋਸਤੋ ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਕਿ ਪ੍ਰੋਬੇਸ਼ਨ ਸਮੇਂ ਦੀ ਸ਼ੁਰੂਆਤ ਕਦੋਂ ਤੋਂ ਕੀਤੀ ਗਈ ਪ੍ਰੋਬੇਸ਼ਨ ਸਮੇਂ ਦੀ ਸ਼ੁਰੂਆਤ ਅਸਲ ਦੇ ਵਿੱਚ ਜਿਹੜੀ ਹੈ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਦੇ ਵਿਭਾਗਾਂ ਦੇ ਵਿੱਚ ਹੈ 2 ਸਾਲ ਦੀ ਇਹ ਕੰਡੀਸ਼ਨ ਹੁੰਦੀ ਹੈ ਇਹਦਾ ਮਕਸਦ ਸਿਰਫ ਇੰਨਾ ਹੁੰਦਾ ਹੈ ਕਿ ਉਸ ਪਰਖ ਕਾਲ ਦੇ ਸਮੇਂ ਦੇ ਦੌਰਾਨ ਜਿਸ ਨੂੰ ਕਿ ਪ੍ਰੋਬੇਸ਼ਨ ਸਮਾਂ ਕਿਹਾ ਜਾਂਦਾ ਹੈ ਕਰਮਚਾਰੀ ਦੇ ਕੰਮਕਾਜ ਨੂੰ ਜਿਹੜਾ ਹੈ ਉਹ ਪਰਖਿਆ ਜਾਂਦਾ ਹੈ ਉਸ ਨੂੰ ਏਵੈਲਿਊਏਟ ਕੀਤਾ ਜਾਂਦਾ ਹੈ ਇਸ ਕਰਕੇ ਜਿਹੜਾ ਹੈ ਇਹ ਕੰਡੀਸ਼ਨ ਨੂੰ ਰੱਖਿਆ ਗਿਆ ਸੀ पर 15 1 15 ਤੋਂ ਇੱਕ ਸਰਕੂਲਰ ਜਾਰੀ ਕਰਕੇ ਪੰਜਾਬ ਸਰਕਾਰ ਨੇ ਕੁਝ ਸ਼ਰਤਾਂ ਜਿਹੜੀਆਂ ਨੇ ਪ੍ਰੋਬੇਸ਼ਨ ਸਮੇਂ ਦੇ ਵਿੱਚ ਲਗਾ ਦਿੱਤੀਆਂ ਕਿ 15 1 15 ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਵੀ ਭਰਤੀ ਹੋਵੇਗੀ ਉਸ ਦੇ ਉੱਪਰ ਇਹ ਕੰਡੀਸ਼ਨਾਂ ਲੱਗੀਆਂ ਹੋਣਗੀਆਂ ਸਭ ਤੋਂ ਵੱਡੀ ਕੰਡੀਸ਼ਨ ਜਿਹੜੀ ਆ ਦੋਸਤੋ ਕਿ ਪਰਖ ਕਾਲ ਸਮੇਂ ਦੇ ਦੌਰਾਨ ਤਨਖਾਹ ਪੂਰੀ ਨਹੀਂ ਦਿੱਤੀ ਜਾਵੇਗੀ ਪਰਖ ਕਾਲ ਦੇ ਸਮੇਂ ਦੌਰਾਨ ਪੇ ਬੈਂਡ ਜਾਂ ਫਿਰ ਡੀਸੀ ਰੇਟ ਦੋਨਾਂ ਚੋਂ ਜਿਹੜਾ ਵੱਧ ਹੋਵੇਗਾ ਉਹ ਦਿੱਤਾ ਜਾਵੇਗਾ ਜੇਕਰ ਕੈਟਾਗਰੀ ਡੀ ਕੈਟਾਗਰੀ ਸੀ ਦੇ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਪੇ ਬੈਂਡ ਜਿਹੜੀ ਹੈ ਚਲਦੀ ਆ ਰਹੀ ਸੀ 6 ਪੇ ਕਮਿਸ਼ਨ ਤੋਂ ਪਹਿਲਾਂ ਤਾਂ ਉਹ 10300 ਦੇ ਕਰੀਬ ਸੀ ਔਰ ਡੀਸੀ ਰੇਟ 10000 ਤੋਂ 12000 ਸੀ ਸੋ 10000 12000 ਰੁਪਿਆ ਪਰਖ ਕਾਲ ਸਮੇਂ ਦੇ ਦੌਰਾਨ ਜਿਹੜਾ ਹੈ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਸੀ ਦੋਸਤੋ ਬਹੁਤ ਸਾਰੇ ਕਰਮਚਾਰੀ ਅਜਿਹੇ ਨੇ ਜੋ ਕਿ ਬਹੁਤ ਮਿਹਨਤ ਨਾਲ ਗ੍ਰੈਜੂਏਸ਼ਨ ਪਾਸ ਕਰਦੇ ਨੇ ਫਿਰ 2-3 ਸਾਲ ਲਗਾਤਾਰ ਮਿਹਨਤ ਕਰਦੇ ਨੇ ਲੱਖਾਂ ਜਿਹੜੇ ਕੈਂਡੀਡੇਟਸ ਨੇ ਉਹਨਾਂ ਨਾਲ ਲੜ ਕੇ ਨੌਕਰੀ ਪ੍ਰਾਪਤ ਕਰਦੇ ਨੇ ਤੇ ਨੌਕਰੀ ਜਦੋਂ ਉਹਨਾਂ ਨੂੰ ਮਿਲਦੀ ਹੈ ਤਾਂ ਮਹਿਜ ਡੀਸੀ ਰੇਟ 10-12000 ਰੁਪਏ ਉਹਨਾਂ ਨੂੰ ਦਿੱਤਾ ਜਾਂਦਾ ਹੈ ਦੋਸਤੋ ਇਹ ਹੀ ਨਹੀਂ 2016 ਦੇ ਵਿੱਚ ਪ੍ਰੋਵੀਸ਼ਨ ਸਮੇਂ ਦੀ ਕੰਡੀਸ਼ਨ ਨੂੰ ਹੋਰ ਵੀ ਸਖਤ ਕਰ ਦਿੱਤਾ ਗਿਆ ਇਸ ਨੂੰ ਵਧਾ ਕੇ 3 ਸਾਲ ਕਰ ਦਿੱਤਾ ਗਿਆ ਯਾਨੀ ਕਿ ਪੰਜਾਬ ਦੇ ਵਿੱਚ ਹੁਣ ਜਿਹੜੇ ਰੈਗੂਲਰ ਪਰਤੀ ਹੁੰਦੀ ਹੈ ਨਵੇਂ ਜਿਹੜੇ ਕਰਮਚਾਰੀ ਆਉਂਦੇ ਨੇ ਉਹਨਾਂ ਨੂੰ ਹੁਣ 3 ਸਾਲ ਜਿਹੜਾ ਹੈ ਘੱਟੋ-ਘੱਟ ਤਨਖਾਹ ਜਿਹੜੀ ਹੈ ਡੀਸੀ ਰੇਟ 10000 12000 ਦੇ ਕਰੀਬ ਦਿੱਤੀ ਜਾਂਦੀ ਹੈ ਔਰ ਕਲਾਸ ਡੀ ਦੀ ਜੇ ਮੈਂ ਗੱਲ ਕਰ ਰਹਾ ਤਾਂ ਉਹਨਾਂ ਦੀ ਤਨਖਾਹ ਇਸ ਤੋਂ ਵੀ ਘੱਟ ਹੈ 8000 ਦੇ ਕਰੀਬ ਸੋ ਦੋਸਤੋ ਇਹ ਤੱਕਾ ਜਿਹੜਾ ਹੈ 15 ਤੋਂ ਬਾਅਦ 2016 ਦੇ ਵਿੱਚ ਵੀ ਚੱਲਦਾ ਰਿਹਾ ਕਿ ਉਹਨਾਂ ਨੂੰ ਡੀਸੀ ਰੇਟ ਦਿੱਤਾ ਜਾਵੇਗਾ ਪਰ ਜਿਹੜੀ ਨਿਖਤੀਆਂ ਨੇ ਲਗਾਤਾਰ ਆਉਂਦੀਆਂ ਰਹੀਆਂ ਤੇ ਜਿਹੜੇ ਕਰਮਚਾਰੀ ਸੀ ਜਿਹੜੇ ਕੈਂਡੀਡੇਟਸ ਸੀ ਉਹ ਮਜਬੂਰ ਸੀ ਕਿ ਨੌਕਰੀ ਪ੍ਰਾਪਤ ਕਰਨ ਦੇ ਲਈ ਉਹਨਾਂ ਨੂੰ ਇਹ 3 ਸਾਲ ਜਿਹੜੀ ਪ੍ਰੋਫੈਸ਼ਨ ਦਾ ਸਮਾਂ ਬਤੀਤ ਤੱਕ ਜ਼ਰੂਰ ਕਰਨਾ ਪੈਣਾ ਸੀ ਪਰ ਦੋਸਤੋ ਜਦੋਂ 6th ਪੇ ਕਮਿਸ਼ਨ ਦੀ ਅਨਾਉਂਸਮੈਂਟ ਹੋਈ 5 7 2021 ਨੂੰ ਜਦੋਂ 6th ਪੇ ਕਮਿਸ਼ਨ ਦੇ ਉੱਪਰ ਗਜ਼ਟਡ ਨੋਟੀਫਿਕੇਸ਼ਨ ਆਈ ਤਾਂ ਜਿਦਾ ਕਿ ਪਹਿਲਾਂ ਵੀ ਦੱਸਿਆ ਕਿ ਉਸ ਵਿੱਚ ਲਿਖਿਆ ਗਿਆ ਕਿ ਪ੍ਰੋਬੇਸ਼ਨ ਸਮੇਂ ਦੇ ਕਰਮਚਾਰੀਆਂ ਨੂੰ ਮਿਨਿਮਮ ਪੇ ਬੈਂਡ 10910 300 ਗੁਣਾ 2.25 ਜਾਂ 2.59 ਜਿਹਦੇ ਨਾਲ ਤਨਖਾਹ 20000 ਤੋਂ ਉੱਪਰ ਜਿਹੜੀ ਹੈ ਚਲੀ ਜਾਂਦੀ ਹੈ ਉਹ ਦਿੱਤੀ ਜਾਵੇਗੀ ਸੋ ਇਸ ਤੋਂ ਬਾਅਦ ਪ੍ਰੋਬੇਸ਼ਨ ਸਮੇਂ ਦੇ ਵਿੱਚ ਜਿਹੜੇ ਕਰਮਚਾਰੀ ਕੰਮ ਕਰ ਰਹੇ ਸੀ ਉਹਨਾਂ ਦੇ ਲਈ ਇੱਕ ਆਸ ਜ਼ਰੂਰ ਬਣ ਗਈ ਸੀ ਕਿ ਸਾਡੀ ਤਨਖਾਹ ਘੱਟੋ ਘੱਟ 2 ਤੋਂ 2.5 ਗੁਣਾ ਜਿਹੜੀ ਹੈ ਇਸ ਨਾਲ ਵੱਧ ਜਾਏਗੀ ਡਿਊਰਿੰਗ ਪ੍ਰੋਬੇਸ਼ਨ ਪਰ ਦੋਸਤੋ ਇਸ ਦੇ ਉੱਪਰ ਫੇਰ ਇੱਕ ੱੱਕੇ ਵਾਲੀ ਗੱਲ ਜਿਹੜੀ ਇਹਨਾਂ ਮੁਲਾਜ਼ਮਾਂ ਦੇ ਨਾਲ ਇਹ ਹੋਈ ਹੈ ਕਿ ਪਿਛਲੇ ਹੀ ਹਫ਼ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਸਰਕਾਰ ਨੇ ਕਿਹਾ ਕਿ ਪ੍ਰੋਬੇਸ਼ਨ ਸਮੇਂ ਦੇ ਵਿੱਚ ਤਨਖਾਹ ਨੂੰ ਵਧਾਇਆ ਨਹੀਂ ਜਾਵੇਗਾ ਜੋ ਤਨਖਾਹ ਜੋ ਡੀਸੀ ਰੇਟੇ ਕਰਮਚਾਰੀ ਲੈ ਰਹੇ ਨੇ ਪ੍ਰੋਬੇਸ਼ਨ ਸਮੇਂ ਦੇ ਵਿੱਚ ਉਹੀ ਉਹਨਾਂ ਨੂੰ ਦਿੱਤਾ ਜਾਵੇਗਾ ਤਨਖਾਹ ਦੇ ਵਿੱਚ ਕਿਸੇ ਤਰ੍ਹਾਂ ਦਾ ਵਾਅਦਾ ਨਹੀਂ ਕੀਤਾ ਜਾਵੇਗਾ ਦੋਸਤੋ ਅਗਲਾ ੱੱਕਾ ਪ੍ਰੋਬੇਸ਼ਨ ਦੇ ਵਿੱਚ ਇਹ ਕੀਤਾ ਗਿਆ ਕਿ ਇਸੇ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਲਿਖ ਦਿੱਤਾ ਗਿਆ ਕਿ ਪ੍ਰੋਬੇਸ਼ਨ ਸਮੇਂ ਦਾ ਕੋਈ ਵੀ ਏਰੀਅਰ ਕੋਈ ਵੀ ਬਕਾਇਆ ਵੀ ਕਰਮਚਾਰੀਆਂ ਨੂੰ ਦਿੱਤਾ ਨਹੀਂ ਜਾਵੇਗਾ। ਦੋਸਤੋ ਇਹ ਹੀ ਨਹੀਂ ਹੁਣ ਜਿਹੜੀਆਂ ਨਵੀਆਂ ਭਰਤੀਆਂ ਹੋ ਰਹੀਆਂ ਨੇ ਉਸ ਉੱਪਰ ਵੀ ਇਹ ਲਿਖ ਦਿੱਤਾ ਗਿਆ ਕਿ 17/7/2020 ਤੋਂ ਬਾਅਦ ਜਿਹੜੀ ਭਰਤੀ ਹੋਵੇਗੀ ਉਹਨਾਂ ਨੂੰ ਸੈਂਟਰ ਦਾ 7ਵਾਂ ਪੇ ਕਮਿਸ਼ਨ ਦਿੱਤਾ ਜਾਵੇਗਾ ਉਹਨਾਂ ਨੂੰ ਸਟੇਟ ਦਾ ਪੇ ਕਮਿਸ਼ਨ ਨਹੀਂ ਦਿੱਤਾ ਜਾਵੇਗਾ ਸੋ ਦੋਸਤੋ ਇਸ ਨਾਲ ਕੀ ਤੱਕਾ ਹੋਇਆ ਇਸ ਨਾਲ ਤੱਕਾ ਇਹ ਹੋਇਆ ਦੋਸਤੋ ਕਿ 7ਵੇਂ ਪੇ ਕਮਿਸ਼ਨ ਦੇ ਜਿਹੜੇ ਸਕੇਲ ਨੇ ਤਨਖਾਹਾਂ ਨੇ ਬਹੁਤ ਘਟ ਨੇ ਸੋ ਇਸ ਨਾਲ ਜਿਹੜੇ ਪੰਜਾਬ ਦੇ ਕਰਮਚਾਰੀ ਨੇ ਜੋ ਕਿ ਪਹਿਲਾਂ ਤੋਂ ਵੱਧ ਤਨਖਾਹ ਲੈ ਰਹੀ ਸੀ ਜੇ ਕੰਪੇਅਰ ਕੀਤਾ ਜਾਵੇ ਸੈਂਟਰ ਦੇ ਨਾਲ ਸੋ ਪੰਜਾਬ ਸਰਕਾਰ ਨੇ ਇਨ੍ਹਾਂ ਕਰਮਚਾਰੀਆਂ ਨੂੰ ਸੈਂਟਰ ਦੇ ਸਕੇਲਾਂ ਦੇ ਨਾਲ ਰੱਖ ਦਿੱਤਾ ਹੈ ਦੋਸਤੋ ਇੱਕ ਸਵਾਲ ਇਹਦੇ ਵਿੱਚ ਪੈਦਾ ਇਹ ਹੁੰਦਾ ਹੈ ਕਿ 7th ਪੇ ਕਮਿਸ਼ਨ ਦੀ ਗੱਲ ਕਰਾਂ ਜਾਂ ਫਿਰ 6th ਪੇ ਕਮਿਸ਼ਨ ਦੀ ਗੱਲ ਕਰਾਂ ਘੱਟੋ ਘੱਟ ਜਿਹੜੀ ਤਨਖਾਹ ਹੈ ਉਹ 18000 ਹੈ ਯਾਨੀ ਕਿ ਘੱਟੋ ਘੱਟ ਉਜਰਤ ਜਿਹੜੀ ਹੈ ਕੋਈ ਵੀ ਨਵਾਂ ਕਰਮਚਾਰੀ ਅੱਜ ਪੰਜਾਬ ਸਰਕਾਰ ਦੀ ਰੈਗੂਲਰ ਅਸਾਮੀ ਤੇ ਆਂਦਾ ਤਾਂ ਉਸ ਨੂੰ 18000 ਰੁਪਏ ਦਿੱਤਾ ਜਾਵੇਗਾ ਪਰ ਦੋਸਤੋ ਪਿਛਲੇ ਹਫਤੇ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਉਸ ਵਿੱਚ ਲਿਖਿਆ ਗਿਆ ਕਿ ਪ੍ਰੋਵੀਜ਼ਨ ਸਮੇਂ ਦੇ ਵਿੱਚ ਤੁਹਾਡੀ ਤਨਖਾਹ ਨਹੀਂ ਵਧਾਈ ਜਾਵੇਗੀ ਤੁਹਾਨੂੰ ਡੀਸੀ ਰੇਟ ਹੀ ਦਿੱਤਾ ਜਾਵੇਗਾ 10000 ਦੇ ਕਰੀਬ ਪਰ ਸਵਾਲ ਦੋਸਤੋ ਇਹ ਹੈ ਕਿ ਸਿਕਸ ਪੇ ਕਮਿਸ਼ਨ ਦੇ ਵਿੱਚ ਜਦੋਂ 116 ਤੋਂ ਘੱਟੋ-ਘੱਟ ਉਜਰਤ 18000 ਫਿਕਸ ਕੀਤੀ ਗਈ ਹੈ ਤਾਂ ਇਹਨਾਂ ਕਰਮਚਾਰੀਆਂ ਨੂੰ ਇਹ ਦੇਣਾ ਵੀ ਕਾਨੂੰਨੀ ਤੌਰ ਤੇ ਗਲਤ ਹੈ ਤੇ ਕਾਨੂੰਨ ਦੇ ਖਿਲਾਫ ਹੈ ਦੋਸਤੋ ਖਾਸ ਤੌਰ ਤੇ ਇਸ ਵੀਡੀਓ ਦਾ ਮਕਸਦ ਸੀ ਬਹੁਤ ਸਾਰੇ ਸਵਾਲ ਪ੍ਰੋਵੀਜ਼ਨ ਸਮੇਤ ਨੂੰ ਲੈ ਕੇ ਆ ਰਹੇ ਸੀ ਕਿ ਜਿਹੜੀਆਂ ਜਥੇਬੰਦੀਆਂ ਨੇ ਕਰਮਚਾਰੀਆਂ ਦੇ ਨਾਲ ਸੰਬੰਧਤ ਉਹ ਇਹਨਾਂ ਮੁਲਾਜ਼ਮਾਂ ਦੀ ਮੰਗ ਨੂੰ ਅੱਗੇ ਨਹੀਂ ਰੱਖ ਰਹੀਆਂ ਇਹ ਲਗਾਤਾਰ ਸਾਨੂੰ ਕਮੈਂਟਸ ਆ ਰਹੇ ਸੀ ਕਿ ਪ੍ਰੋਬੇਸ਼ਨ ਸਮੇਂ ਦੇ ਵਿੱਚ ਜੋ-ਜੋ ਤੱਕੇ ਜਾਂ ਬਹੁਤ ਕੁਝ ਜਿਹੜਾ ਹੈ ਸਰਕਾਰ ਕਰ ਰਹੀ ਹੈ ਇਹ ਉਜਾਗਰ ਜ਼ਰੂਰ ਕੀਤਾ ਜਾਵੇ ਸੋ ਦੋਸਤੋ ਲਗਾਤਾਰ ਜਿਵੇਂ 15 11 15 ਤੋਂ ਲੈ ਲਾਂ ਤਾਂ ਨਵੀਂ ਭਰਤੀਆਂ ਦੇ ਉੱਪਰ ਲਗਾਤਾਰ ਤਸ਼ੱਦਦਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਨਖਾਹ ਬਹੁਤ ਹੀ ਜ਼ਿਆਦਾ ਘਟ ਦਿੱਤੀ ਜਾ ਰਹੀ ਹੈ 6ਪੇ ਕਮਿਸ਼ਨ ਦੇ ਨਾਲ ਜੇਕਰ ਕਟੋਗੜ ਤਨਖਾ 18000 ਫਿਕਸ ਕੀਤੀ ਗਈ ਹੈ ਤਾਂ ਪ੍ਰੋਵੀਸ਼ਨ ਸਮੇਂ ਦੇ ਵਿੱਚ ਵੀ ਤਨਖਾ 18000 ਦੇਣੀ ਬਣਦੀ ਹੈ ਔਰ ਏਰੀਅਰ ਵੀ ਦੇਣਾ ਬਣਦਾ ਹੈ ਆਸ ਕਰਦੇ ਹਾਂ ਦੋਸਤੋ ਕਿ ਇਹ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ